ਮਾਤਾ ਜੀ ਖੁਸ਼ ਹੋ, ਭਗਵੰਤ ਮਾਨ ਜੀ ਦੇ ਖੁਸ਼ ਹਾਂ ਜੀ। ਕਿਆ ਕਿਆ ਫ੍ਰੀ ਫ੍ਰੀ ਤਾਂ ਜੀ ਵੇਲੇ ਆ, ਤੁਸੀਂ ਮਾੜਾ ਜਿਹਾ ਪਤਾ ਤਾਂ ਕਰੋ ਨਾ ਜੀ, ਕੋਈ ਇੱਥੇ ਦਿਹਾੜੀ ਤੇ ਹੈ ਕਿ ਸਾਰੇ ਆਪਣੇ ਆਪ ਮੁਹਾਰੇ ਆਏ ਨੇ, ਇਹ ਵੀ ਪਤਾ ਕਰੋ ਜ਼ਰੂਰ। 400 ਵਾਲੇ ਤਾਂ ਨਹੀਂ ਹੈਗੇ ਜੀ, ਕੋਈ 400। ਹੁਣ ਜਿਹੜੀ ਰਹਿ ਗਈ ਗਰੰਟੀ ਮਹਿਲਾਵਾਂ ਦੀ, ਉਹ ਵੀ ਮਾਨ ਸਾਹਿਬ ਨੇ ਵਾਅਦਾ ਕਰਤਾ, ਸਤੰਬਰ ਅਗਸਤ ਦੇ ਵਿੱਚ ਐਲਾਨ ਹੋਣਾ ਬਾਕੀ ਆ। ਬਾਕੀ ਜਿੱਤ ਸਾਡੀ ਪੱਕੀ ਆ, ਐਲਾਨ ਹੋਣਾ ਬਾਕੀ ਆ। ਸਾਡੇ ਵਾਰਡ ਦੇ ਵਿੱਚ ਘੱਟ ਤੋਂ ਘੱਟ 10 ਬੱਚਿਆਂ ਨੂੰ ਜੋਬ ਮਿਲੀ ਹੈ, ਸਰਕਾਰੀ ਜੋਬ। ਅਸੀਂ ਪੇਡ ਵਰਕਰ ਨਹੀਂ, ਅਸੀਂ ਦਿਲ ਤੋਂ ਲੱਗੇ ਹੋਏ ਹਾਂ, ਕਿਉਂਕਿ ਸਾਡੀ ਕਲੋਨੀ ਦੇ ਸਾਡੇ ਸ਼ਹਿਰ ਦੇ ਕੰਮ ਹੋ ਰਹੇ ਨੇ, ਅਸੀਂ ਇਸ ਕਰਕੇ ਲੱਗੇ ਹਾਂ। ਦੇਖੋ ਜੀ, ਉਹ ਜਦੋਂ ਆਏ ਆ ਤਾਂ ਸਾਰੇ ਬੰਦੇ ਵੀ ਉਹਨਾਂ ਨੂੰ ਹਰਿਆਣੇ 'ਚੋਂ ਲਿਆਉਣੇ ਪਏ ਔਰ ਦਿਹਾੜੀ 'ਤੇ ਲੈ ਕੇ ਆਉਣੇ ਪਏ, ਔਰ ਬੰਦਿਆਂ ਨੂੰ ਦਿਹਾੜੀਆਂ ਵੀ ਨਹੀਂ ਮਿਲੀਆਂ। 3-4 ਹਲਕਿਆਂ ਦੇ ਵਿੱਚ ਸੰਗਰੂਰ ਵੀ ਜਾ ਕੇ ਆਏ ਹਾਂ, ਅਸੀਂ ਫਰੀਦਕੋਟ ਵੀ ਜਾ ਕੇ ਆਏ ਹਾਂ, ਇੰਨਾ ਜੋਸ਼ ਹੈ ਲੋਕਾਂ 'ਚ, ਰਿਕਾਰਡ ਤੋੜ ਜੋਸ਼ ਹੈ। ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ, ਪਟਿਆਲੇ ਦੀ ਗਲੀ ਗਲੀ ਵਿੱਚ, ਪਟਿਆਲੇ ਦੀ ਗਲੀ ਗਲੀ ਵਿੱਚ ਬੱਚਾ ਬੱਚਾ ਝਾੜੂ ਝਾੜੂ ਬੋਲੇ, ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ। ਪਹਿਰਾ ਦੇ ਰਿਹਾ ਲੋਕਾਂ ਦੇ ਉੱਤੇ, ਲੋਕਾਂ ਹਿੱਤ ਦੇ, ਲੋਕ ਹਿੱਤ ਦੇ ਜਿਹੜੇ ਨੇ ਹਰ ਇਸ਼ੂ ਨੂੰ ਜਿਹੜਾ ਐਡਰੈਸ ਕੀਤਾ ਜਾ ਰਿਹਾ, ਉਹ ਕੰਮ ਕੀਤੇ ਜਾ ਰਹੇ ਨੇ ਜਿਹੜੇ ਲੋਕਾਂ ਨੂੰ ਮੈਟਰ ਕਰਦੇ ਨੇ। ਹੋਰ ਬਹੁਤ ਕੰਮ ਨੇ ਜਿਹੜੇ ਭਗਵੰਤ ਮਾਨ ਸਾਹਿਬ ਦੀ ਅਗਵਾਈ 'ਚ ਪਿਛਲੇ 2 ਸਾਲਾਂ 'ਚ ਹੋਏ ਨੇ, ਔਰ ਕੇਜਰੀਵਾਲ ਸਾਹਿਬ ਦਾ ਇੱਕ ਵਿਜ਼ਨ ਹੈ ਪੂਰੇ ਭਾਰਤ ਦੇ ਵਿੱਚ, ਉਹ ਇੱਕ ਚੰਗੀ ਸੋਚ ਲੈ ਕੇ ਰਾਜ ਲੈਣਾ ਚਾਹੁੰਦੇ ਨੇ ਤਾਂ ਕਿ ਲੋਕਾਂ ਨੂੰ ਮਦਦ ਕੀਤੀ ਜਾ ਸਕੇ। ਬਾਕੀ ਜੋ ਮੋਦੀ ਸਾਹਿਬ ਦਾ ਉਰੇ ਆਏ ਜਾਂ ਨਾ ਆਏ, ਪੰਜਾਬ ਦੇ ਲੋਕਾਂ ਨਾਲ ਉਹਨਾਂ ਨੇ ਕੀ ਵਿਵਹਾਰ ਕੀਤਾ, ਅਮਿਤ ਸ਼ਾਹ ਕੀ ਬੋਲ ਰਹੇ ਨੇ, ਇਹ ਸਭ ਫਰੌਡ ਹੈ, ਔਰ ਇਹਨਾਂ ਦੀਆਂ ਗੱਲਾਂ ਨੂੰ ਲੋਕ ਸਮਝ ਚੁੱਕੇ ਨੇ। ਸੈਂਟਰ ਤੋਂ ਜਿਹੜਾ ਲਿਆਉਣਾ ਸਾਰਾ ਸਿਸਟਮ, ਜਿਹੜਾ ਇੱਕ ਪੜ੍ਹਿਆ ਲਿਖਿਆ ਸਾਨੂੰ ਇੱਕ ਗੈਪ ਚੱਲਦਾ ਆ ਰਿਹਾ ਸੀ, ਕਿਉਂਕਿ ਪਹਿਲੇ ਮਹਾਰਾਜਾ ਰਾਣੀਆਂ ਦਾ ਚੱਲਦਾ ਆ ਰਿਹਾ ਸੀ, ਉਹ ਤਾਂ ਉੱਪਰ ਤੱਕ ਸਾਡੀ ਗੱਲ ਹੀ ਨਹੀਂ ਪਹੁੰਚਾਉਂਦੇ ਸੀ, ਉਹ ਤਾਂ ਸਿਸਵਾਂ ਤੋਂ ਨਿਕਲ ਕੇ ਨਹੀਂ ਰਾਜੀ ਸੀ। ਸਾਨੂੰ ਕਿਸੇ ਨੇ ਕੋਈ ਇੱਦਾਂ ਦਾ ਸਵਾਲ ਨਹੀਂ ਕੀਤਾ ਜਿਹੜਾ ਅਸੀਂ ਨਾ ਕੀਤਾ ਹੋਵੇ। ਸਾਡੇ ਨਾਲ ਨੇ ਡਾਕਟਰ ਸਾਹਿਬ ਦੇ ਸਪੁੱਤਰ ਰਾਹੁਲ ਜੀ, ਜਿਹੜੇ ਅਸੀਂ ਗੱਲ ਕਰਦੇ ਹਾਂ। ਰਾਹੁਲ ਜੀ, ਬਹੁਤ ਲੋਕ ਪੱਖੀ ਸਰਕਾਰ ਦੇ ਜਿਹੜੇ ਫੈਸਲੇ ਆ, ਲੋਕ ਖੁਸ਼ ਲੱਗ ਰਹੇ ਆ, ਕੀ ਉਮੀਦ ਲੱਗ ਰਹੀ ਹੈ? ਦੇਖੋ ਜੀ, 50 ਡਿਗਰੀ ਗਰਮੀ ਦੇ ਵਿੱਚ ਵੀ ਜਿੱਥੇ ਕਿ ਬਾਕੀ ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਪਹਾੜੇ 'ਤੇ ਵੀ ਬੰਦੇ ਨਹੀਂ ਪੂਰੇ ਹੁੰਦੇ, ਉੱਥੇ 50 ਡਿਗਰੀ ਪੈਂਦੀ ਅੱਗ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਆਪ ਮੁਹਾਰੇ ਆਏ ਹੈ, ਅਤੇ ਇਹਦੇ ਤੋਂ ਪਤਾ ਚੱਲਦਾ ਵੀ CM ਭਗਵੰਤ ਮਾਨ ਸਾਹਿਬ ਦੀ ਜੋ ਪਾਪੂਲੈਰਿਟੀ ਔਰ ਜੋ ਉਹਨਾਂ ਦੇ ਕੰਮ ਨੇ, ਉਹ ਲੋਕਾਂ ਦੇ ਵਿੱਚ ਕਿੰਨੇ ਜ਼ਿਆਦਾ ਮਸ਼ਹੂਰ ਨੇ ਜੀ। ਕਿਆ ਕਿਵੇਂ ਲੱਗਦਾ ਤੁਹਾਨੂੰ, ਵਿਰੋਧੀ 'ਤੇ ਤਾਂ ਪਏਗਾ ਕੁਛ? ਦੇਖੋ ਜੀ, ਉਹ ਜਦੋਂ ਆਏ ਆ ਤਾਂ ਸਾਰੇ ਬੰਦੇ ਵੀ ਉਹਨਾਂ ਨੂੰ ਹਰਿਆਣੇ 'ਚੋਂ ਲਿਆਉਣੇ ਪਏ ਔਰ ਦਿਹਾੜੀ 'ਤੇ ਲੈ ਕੇ ਆਉਣੇ ਪਏ, ਔਰ ਬੰਦਿਆਂ ਨੂੰ ਦਿਹਾੜੀਆਂ ਵੀ ਨਹੀਂ ਮਿਲੀਆਂ, ਲੇਕਿਨ CM ਭਗਵੰਤ ਮਾਨ ਸਾਹਿਬ ਦੇ ਪੰਪਕੜਾ ਦੇਖੋ ਸਾਰੇ ਪਾਸੇ ਖੜ੍ਹੇ ਨੇ, ਹਜ਼ਾਰਾਂ ਦੀ ਗਿਣਤੀ 'ਚ ਆਏ ਨੇ, ਸੋ ਕੋਈ ਫਰਕ ਨਹੀਂ ਪੈਣਾ ਉਹਨਾਂ ਦੇ ਆਉਣ ਦਾ, ਔਰ ਜੋ ਸਾਰਾ ਅਸਰ ਹੈ CM ਭਗਵੰਤ ਮਾਨ ਸਾਹਿਬ ਔਰ ਕੇਜਰੀਵਾਲ ਸਾਹਿਬ ਦੇ ਆਉਣ ਨਾਲ, ਬਹੁਤ ਵੱਡਾ ਹੁੰਗਾਰਾ ਮਿਲਣਾ ਔਰ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੋਣ ਜਾ ਰਹੀ ਹੈ ਜੀ। ਪੰਜਾਬ ਦੇ ਵਿੱਚ ਹੀ ਰਿਕਾਰਡ ਤੋੜ ਵੋਟਾਂ ਪੈ ਰਹੀਆਂ ਨੇ, ਬਹੁਤ ਵੱਡੀ ਲੀਡ 'ਤੇ ਪੰਜਾਬ ਦੇ ਵਿੱਚੋਂ, ਮੈਂ ਸਮਝਦਾ 13 ਦੀਆਂ 13 ਸੀਟਾਂ ਆਉਣਗੀਆਂ, ਇਹਨਾਂ ਲੋਕਾਂ ਦੇ ਵਿੱਚ ਜੋਸ਼ ਹੈ। 3-4 ਹਲਕਿਆਂ ਦੇ ਵਿੱਚ ਸੰਗਰੂਰ ਵੀ ਜਾ ਕੇ ਆਏ ਹਾਂ, ਅਸੀਂ ਫਰੀਦਕੋਟ ਵੀ ਜਾ ਕੇ ਆਏ ਹਾਂ, ਇੰਨਾ ਜੋਸ਼ ਹੈ ਲੋਕਾਂ 'ਚ, ਰਿਕਾਰਡ ਤੋੜ ਜੋਸ਼ ਹੈ। 2 ਮਹੀਨੇ ਹੋ ਗਏ ਲਗਾਤਾਰ ਬੋਲਦਿਆਂ ਨੂੰ, ਗਲਾ ਪੈ ਗਿਆ, ਕੋਈ ਗੱਲ ਨਹੀਂ ਜੀ। ਅਤੇ 2 ਕੁ ਲਾਈਨਾਂ ਦਾ ਸੁਣਾ ਕੇ ਦਿਖਾਓ ਜਿਹੜਾ ਚੱਲ ਰਿਹਾ। ਕਿਹੜਾ ਸੁਣਾਈਏ ਦੱਸੋ? ਕੋਈ ਕਹਿੰਦੇ ਝਾੜੂ ਵਾਲੇ ਜਾ ਕੇ ਝਾੜੂ ਵਾਲੇ, ਹਾਂਜੀ ਹਾਂਜੀ, ਉਹ ਗਾਣਾ ਬਣਾਇਆ ਸੀ, ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ, ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ, ਪਟਿਆਲੇ ਦੀ ਗਲੀ ਗਲੀ ਵਿੱਚ, ਪਟਿਆਲੇ ਦੀ ਗਲੀ ਗਲੀ ਵਿੱਚ ਬੱਚਾ ਬੱਚਾ ਝਾੜੂ ਝਾੜੂ ਬੋਲੇ, ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ, ਭਗਵੰਤ ਮਾਨ ਦਾ ਜਾਦੂ ਸਿਰ ਚੜ ਕੇ ਬੋਲੇ।
ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਰਾ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਪਹਿਰਾ ਦੇ ਰਿਹਾ ਲੋਕਾਂ ਦੇ ਉੱਤੇ, ਲੋਕਾਂ ਹਿੱਤ ਦੇ, ਲੋਕ ਹਿੱਤ ਦੇ ਜਿਹੜੇ ਨੇ ਹਰ ਇਸ਼ੂ ਨੂੰ ਜਿਹੜਾ ਐਡਰੈਸ ਕੀਤਾ ਜਾ ਰਿਹਾ, ਉਹ ਕੰਮ ਕੀਤੇ ਜਾ ਰਹੇ ਨੇ ਜਿਹੜੇ ਲੋਕਾਂ ਨੂੰ ਮੈਟਰ ਕਰਦੇ ਨੇ, ਰੋਜ਼ਮਰਾ ਦੀ ਜਿਹੜੀ ਹੈ ਜ਼ਿੰਦਗੀ ਨੂੰ ਟੱਚ ਕਰਦੇ ਨੇ। ਨੈਸ਼ਨਲ ਲੀਡਰ ਵੱਖ ਵੱਖ ਪਾਰਟੀਆਂ ਦੇ ਆਏ ਨੇ, ਪਰ ਅਰਵਿੰਦ ਕੇਜਰੀਵਾਲ ਅੱਜ ਪਟਿਆਲੇ 'ਚ ਇੱਕ ਵਾਰ ਆ ਰਹੇ ਨੇ, ਕਿਆ ਲੱਗਦਾ ਪਟਿਆਲਾ ਦਾ ਕੀ ਪੂਰੇ ਪੰਜਾਬ ਦੇ ਲੋਕ ਪਿਆਰ ਕਰਨਗੇ? ਤੁਸੀਂ ਮਾੜਾ ਜਿਹਾ ਪਤਾ ਤਾਂ ਕਰੋ ਨਾ ਜੀ, ਕੋਈ ਇੱਥੇ ਦਿਹਾੜੀ 'ਤੇ ਹੈ ਕਿ ਸਾਰੇ ਆਪਣੇ ਆਪ ਮੁਹਾਰੇ ਆਏ ਨੇ, ਇਹ ਵੀ ਪਤਾ ਕਰੋ ਜ਼ਰੂਰ। 400 ਵਾਲੇ ਤਾਂ ਨਹੀਂ ਹੈਗੇ ਜੀ, ਕੋਈ 400 ਵਾਲੇ? ਕਿਵੇਂ ਸਰਕਾਰ ਦੇ ਜਿਹੜੇ ਫੈਸਲੇ, ਖੁਸ਼ ਹੋ? ਖੁਸ਼ ਹਾਂ ਜੀ। ਐਨ ਵੋਟਾਂ ਕਿਹਨਾਂ ਨੂੰ ਪਾਉਂਗੇ? ਝਾੜੂ ਨੂੰ ਜੀ। ਪੱਕਾ ਖੁਸ਼ ਹੋ ਕੰਮਾਂ ਤੋਂ? ਐਨ ਖੁਸ਼ ਹਾਂ ਪੂਰੇ। ਤੁਸੀਂ ਦੱਸੋ ਜੀ, ਤੁਸੀਂ ਵੀ ਆਏ ਹੋ, ਕਿਵੇਂ ਲੱਗ ਰਿਹਾ ਸਰਕਾਰ ਦੇ ਕੰਮ? ਪੂਰੇ ਕੰਮ ਹੋਏ ਆ ਜੀ, ਸਾਡੇ ਮਾਨ ਸਾਹਿਬ ਜਿਹੜੇ ਕੰਮ ਕਰਾਉਂਦੇ ਆ ਔਰ ਜੋ ਕਹਿੰਦੇ ਆ ਉਹ ਕੀਤਾ। 2 ਸਾਲਾਂ ਦੇ ਵਿੱਚ ਜਿਹੜੀਆਂ ਸਰਕਾਰਾਂ 5 ਸਾਲ ਖਤਮ ਹੋਣ ਤੋਂ 5 ਮਹੀਨੇ ਪਹਿਲਾਂ ਹੀ ਕੰਮ ਕਰਦੇ ਨੇ, ਉਹ 2 ਸਾਲ ਦੇ ਵਿੱਚ ਪੂਰੇ ਕੀਤੇ ਨੇ। ਹੁਣ ਜਿਹੜੀ ਰਹਿ ਗਈ ਗਰੰਟੀ ਮਹਿਲਾਵਾਂ ਦੀ, ਉਹ ਵੀ ਮਾਨ ਸਾਹਿਬ ਨੇ ਵਾਅਦਾ ਕਰਤਾ, 7 ਅਗਸਤ ਦੇ ਵਿੱਚ ਐਲਾਨ ਹੋਣਾ ਬਾਕੀ ਆ। ਬਾਕੀ ਜਿੱਤ ਸਾਡੀ ਪੱਕੀ ਆ, ਐਲਾਨ ਹੋਣਾ ਬਾਕੀ ਹੈ। ਡਾਕਟਰ ਬਲਵੀਰ ਸਿੰਘ ਇਹ ਇੱਕ ਨੇਕ ਦਿਲ ਇਨਸਾਨ ਨੇ, ਸ਼ਾਂਤ ਸੁਭਾਅ ਦੇ ਮਾਲਕ ਨੇ, ਜਿਨ੍ਹਾਂ ਨੇ ਪਟਿਆਲਾ ਦਿਹਾਤੀ ਦੇ ਵਿੱਚ ਇਮਾਨਦਾਰੀ ਤਨਦੇਹੀ ਨਾਲ ਕੰਮ ਕੀਤਾ। ਪਰਮਾਤਮਾ ਉਹਨਾਂ ਨੂੰ ਜਿੱਤ ਪੱਕੀ ਆ, ਐਲਾਨ ਹੋਣਾ ਬਾਕੀ ਹੈ। ਤੁਹਾਡੇ ਨਾਲ ਭੈਣਾਂ ਮਾਤਾ ਵੀ ਹੈਗੀਆਂ, ਅਸੀਂ ਇਹਨਾਂ ਨਾਲ ਵੀ ਕਹਿੰਦੇ। ਮਾਤਾ ਜੀ ਖੁਸ਼ ਹੋ ਭਗਵੰਤ ਮਾਨ ਜੀ ਦੇ ਕੰਮ? ਖੁਸ਼ ਹਾਂ ਜੀ। ਕਿਆ ਕਿਆ ਫ੍ਰੀ ਆਉਂਦਾ ਸਰਕਾਰ ਦੇ ਕੰਮਾਂ ਤੋਂ? ਬਹੁਤ ਖੁਸ਼ ਹਾਂ, ਤਾਂ ਹੀ ਅਸੀਂ ਨਾਲ ਤੁਰੇ ਫਿਰਦੇ ਹਾਂ। ਹਾਂਜੀ ਬਹੁਤ ਖੁਸ਼ ਹਾਂ ਜੀ। ਸਾਡੇ ਵਾਰਡ ਦੇ ਵਿੱਚ ਘੱਟ ਤੋਂ ਘੱਟ 10 ਬੱਚਿਆਂ ਨੂੰ ਜੋਬ ਮਿਲੀ ਹੈ, ਸਰਕਾਰੀ ਜੋਬ। ਅਸੀਂ ਕਿਸਾਨ ਭਰਾ ਸਾਡੇ ਖੇਤਾਂ ਦੇ ਵਿੱਚ ਦਿਨ 'ਚ ਬਿਜਲੀ ਆ ਰਹੀ ਹੈ, ਸਾਨੂੰ ਰਾਤ ਨੂੰ ਨਹੀਂ ਜਾਣਾ ਪੈਂਦਾ। ਉਸ ਤੋਂ ਇਲਾਵਾ ਸਾਡੇ ਰੋਡਾਂ 'ਤੇ ਸੁਰੱਖਿਆ ਲਾਈ ਹੈ, ਸਾਡੀ ਕਲੋਨੀ ਦੇ ਵਿੱਚ ਮੁਹੱਲਾ ਕਲੀਨਿਕ ਖੋਲਿਆ। ਸਰਕਾਰ ਦੇ ਅਸੀਂ ਕੰਮਾਂ ਤੋਂ ਬਹੁਤ ਖੁਸ਼ ਹਾਂ, ਇਸੇ ਕਰਕੇ ਅਸੀਂ ਸਰਕਾਰ ਦੇ ਨਾਲ ਲੱਗੇ ਹੋਏ ਹਾਂ। ਵੋਟਾਂ 'ਚ ਵੱਖ ਵੱਖ ਪਾਰਟੀਆਂ ਹੈਗੀਆਂ, ਪਰ ਜਿਹੜੀ ਆਮ ਆਦਮੀ ਪਾਰਟੀ ਆ ਲੋਕਾਂ ਲਈ ਕੰਮ ਕਰਦੀ ਆ। ਭਾਅ ਜੀ ਜੇ ਸਾਡੇ ਵਾਸਤੇ ਕੰਮ ਕਰ ਰਹੀ ਹੈ, ਅਸੀਂ ਇਸੇ ਕਰਕੇ ਤੋਰ ਰਹੇ ਹਾਂ। ਅਸੀਂ ਪੇਡ ਵਰਕਰ ਨਹੀਂ, ਅਸੀਂ ਦਿਲ ਤੋਂ ਲੱਗੇ ਹੋਏ ਹਾਂ, ਕਿਉਂਕਿ ਸਾਡੀ ਕਲੋਨੀ ਦੇ ਸਾਡੇ ਸ਼ਹਿਰ ਦੇ ਕੰਮ ਹੋ ਰਹੇ ਨੇ, ਅਸੀਂ ਇਸ ਕਰਕੇ ਲੱਗੇ ਹਾਂ। ਜਿੰਨਾ ਪਿਆਰ ਮਿਲ ਰਿਹਾ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ, ਕੋਨੇ ਕੋਨੇ ਤੋਂ ਪਟਿਆਲੇ ਦੇ ਸਾਰੇ ਗਲੀ ਮੁਹੱਲਿਆਂ 'ਚੋਂ ਲੋਕ ਸੜਕਾਂ 'ਤੇ ਨਿਕਲ ਕੇ ਅਰਵਿੰਦ ਕੇਜਰੀਵਾਲ ਜੀ ਦਾ, ਭਗਵੰਤ ਮਾਨ ਜੀ ਦਾ ਸਵਾਗਤ ਕਰਨ ਵਾਸਤੇ ਆ ਰਹੇ ਨੇ। ਇਹ ਕਿਉਂ ਹੈ? ਕਿਉਂਕਿ ਪਿਛਲੇ ਸਮੇਂ ਦੇ ਦੌਰਾਨ 2 ਸਾਲਾਂ 'ਚ ਜੋ ਪੰਜਾਬ 'ਚ ਲੋਕ ਪੱਖੀ ਕੰਮ ਹੋਏ ਨੇ, ਚਾਹੇ 600 ਯੂਨਿਟ 2 ਮਹੀਨਿਆਂ ਦੀ ਬਿਜਲੀ ਮੁਫਤ ਮਰੀ ਹੈ, ਸਕੂਲ ਵਧੀਆ ਬਣੇ ਨੇ, ਮੁਹੱਲਾ ਕਲੀਨਿਕ ਖੁੱਲ੍ਹੇ ਨੇ, ਬੀਬੀਆਂ ਨੂੰ ਬੱਸਾਂ ਦਾ ਸਫ਼ਰ ਮੁਫਤ ਹੋਇਆ, 43,000 ਤੋਂ ਵੱਧ ਨੌਕਰੀਆਂ ਮਿਲੀਆਂ ਨੇ, ਔਰ ਟੇਲਾਂ ਤੱਕ, ਪਿੰਡਾਂ ਦੇ ਖੇਤਾਂ ਤੱਕ ਪਾਣੀ ਜਾਣਾ ਸ਼ੁਰੂ ਹੋਇਆ। ਹੋਰ ਬਹੁਤ ਕੰਮ ਨੇ ਜਿਹੜੇ ਭਗਵੰਤ ਮਾਨ ਸਾਹਿਬ ਦੀ ਅਗਵਾਈ 'ਚ ਪਿਛਲੇ 2 ਸਾਲਾਂ 'ਚ ਹੋਏ ਨੇ, ਔਰ ਕੇਜਰੀਵਾਲ ਸਾਹਿਬ ਦਾ ਇੱਕ ਵਿਜ਼ਨ ਹੈ ਪੂਰੇ ਭਾਰਤ ਦੇ ਵਿੱਚ, ਉਹ ਇੱਕ ਚੰਗੀ ਸੋਚ ਲੈ ਕੇ ਰਾਜ ਲੈਣਾ ਚਾਹੁੰਦੇ ਨੇ, ਤਾਂ ਕਿ ਲੋਕਾਂ ਨੂੰ ਮਦਦ ਕੀਤੀ ਜਾ ਸਕੇ। ਬਾਕੀ ਜੋ ਮੋਦੀ ਸਾਹਿਬ ਦਾ ਉਰੇ ਆਏ ਜਾਂ ਨਾ ਆਏ, ਪੰਜਾਬ ਦੇ ਲੋਕਾਂ ਨਾਲ ਉਹਨਾਂ ਨੇ ਕੀ ਵਿਵਹਾਰ ਕੀਤਾ, ਅਮਿਤ ਸ਼ਾਹ ਕੀ ਬੋਲ ਰਹੇ ਨੇ, ਇਹ ਸਭ ਫਰੌਡ ਹੈ, ਔਰ ਇਹਨਾਂ ਦੀਆਂ ਗੱਲਾਂ ਨੂੰ ਲੋਕ ਸਮਝ ਚੁੱਕੇ ਨੇ। ਇਸ ਲਈ ਅੱਜ ਪੂਰੀ ਜਨਤਾ ਆਮ ਆਦਮੀ ਪਾਰਟੀ ਨੂੰ ਸਹਿਯੋਗ ਕਰ ਰਹੀ ਹੈ। ਸਭ ਤੋਂ ਪਹਿਲੇ ਦੇਖੋ ਆਪਣੇ ਲੀਡਰ ਨੂੰ ਚੁਣਿਆ ਜਾ ਰਿਹਾ, MLA ਸਾਹਿਬ ਸਾਡੇ ਅਜੀਤਪਾਲ ਸਿੰਘ ਕੋਹਲੀ ਜੀ, ਲੋਕਾਂ ਦੇ ਆਹ ਫੇਵਰੇਟ ਪ੍ਰੂਵ ਹੁੰਦੇ ਜਾ ਰਹੇ ਨੇ, ਹੈ ਨਾ। ਆਪ ਲੋਕ ਆ ਕੇ ਪੁੱਛ ਰਹੇ ਨੇ ਸਾਨੂੰ ਕੰਮ ਦੱਸੋ ਸਾਨੂੰ 47 ਡਿਗਰੀ 'ਚ, ਹੈ ਨਾ। ਫਿਰ ਤੁਸੀਂ ਇਹ ਦੇਖੋ, ਉਸ ਤੋਂ ਉੱਪਰ ਜਿਹੜੇ ਲੋਕਾਂ ਦਾ ਮਨਪਸੰਦ ਲੀਡਰ ਹੈ, ਇਸੇ ਕਰਕੇ ਹੀ ਲੋਕ ਇੰਨੇ ਆ ਰਹੇ ਨੇ, ਕਿਉਂਕਿ ਅੱਜ ਤੱਕ ਦਾ ਵੈਕਿਊਮ ਇੱਕੋ ਇੱਕ ਸੀਗਾ, ਪੜ੍ਹਿਆ ਲਿਖਿਆ, ਬਾਕੀ ਤਾਂ ਸਾਰੇ ਦਲ ਬਦਲੂ ਨੇ।
ਸਿਰਫ ਇਹੀ ਇੱਕ ਜਿਹੜੀ ਪ੍ਰੂਫ ਹੁੰਦੀ ਹੈ, ਇਫੈਕਟ ਹੁੰਦਾ ਵੀ ਇਹ ਲੋਕਾਂ ਦਾ ਮਨਪਸੰਦ ਲੀਡਰ ਹੈ, ਲੋਕਾਂ ਦੀ ਸਾਰੀ ਪ੍ਰੋਬਲਮਸ ਸਮਝਣਗੇ। ਸੈਂਟਰ ਤੋਂ ਜਿਹੜਾ ਲਿਆਉਣਾ ਸਾਰਾ ਸਿਸਟਮ, ਜਿਹੜਾ ਇੱਕ ਪੜ੍ਹਿਆ ਲਿਖਿਆ ਸਾਨੂੰ ਇੱਕ ਗੈਪ ਚੱਲਦਾ ਆ ਰਿਹਾ ਸੀ, ਕਿਉਂਕਿ ਪਹਿਲੇ ਮਹਾਰਾਜਾ ਰਾਣੀਆਂ ਦਾ ਚੱਲਦਾ ਆ ਰਿਹਾ ਸੀ, ਉਹ ਤਾਂ ਉੱਪਰ ਤੱਕ ਸਾਡੀ ਗੱਲ ਹੀ ਨਹੀਂ ਪਹੁੰਚਾਉਂਦੇ ਸੀ, ਉਹ ਤਾਂ ਸਿਸਵਾਂ ਤੋਂ ਨਿਕਲ ਕੇ ਨਹੀਂ ਰਾਜੀ ਸੀ, ਹੈ ਨਾ। ਹੁਣ ਜਿਹੜੀ ਲੋਕਾਂ ਦੀ ਆਪਣੀ ਇੱਕ ਸਰਕਾਰ ਆ ਰਹੀ ਹੈ ਅਤੇ ਉਹਦੇ ਨਾਲ ਫਿਰ ਡੈਮੋਕ੍ਰੇਸੀ ਦਾ ਜਿਹੜਾ ਰੀਅਲ ਡੈਫੀਨੇਸ਼ਨ ਆ ਰਹੀ ਹੈ, ਜਿਹੜੀ ਲੋਕਾਂ ਦੇ ਘਰ ਤੱਕ ਪਹੁੰਚੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਇਸੇ ਕਰਕੇ ਆਮ ਲੋਕ ਆਮ ਮੁਹਾਰੇ ਹੋ ਕੇ ਆ ਰਹੇ ਨੇ, ਕਿਸੇ ਨੂੰ ਸੁਨੇਹਾ ਦੇਣ ਦੀ ਲੋੜ ਨਹੀਂ ਪੈ ਰਹੀ। ਆਪਣੇ ਆਪਣੇ ਤੌਰ 'ਤੇ ਸਿਰਫ ਇੱਕ ਸਿੰਪਲ ਜਿਹਾ ਮੈਸੇਜ ਪਾਇਆ ਅਤੇ ਲੋਕ ਆਪ ਮੁਹਾਰੇ ਹੋ ਕੇ ਆ ਤੁਹਾਡੇ ਸਾਹਮਣੇ ਅੱਜ ਹੜ ਆ ਜਾਣਾ ਪਟਿਆਲੇ 'ਚ। ਵਿਰੋਧੀ ਧਿਰ ਦੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮੋਦੀ ਜੀ ਸਾਰੇ ਆ ਰਹੇ ਆ, ਅਰਵਿੰਦ ਕੇਜਰੀਵਾਲ ਅੱਜ ਇੱਕੋ ਹੀ ਗੇੜਾ ਲਾ ਰਹੇ ਨੇ, ਭਗਵੰਤ ਮਾਨ ਜੀ ਦਾ ਦੂਜਾ ਗੇੜਾ, ਕਿਵੇਂ ਦੇਖਦੇ ਹੋ ਲੋਕ ਡਾਕਟਰ ਬਲਬੀਰ ਨੂੰ ਪਿਆਰ ਕਰਨਗੇ? ਭਗਵੰਤ ਮਾਨ ਸਾਹਿਬ ਦੀ ਸਰਕਾਰ, ਕੇਜਰੀਵਾਲ ਦੇ ਦਿੱਲੀ ਦੇ ਕੰਮ, ਪਾਰਟੀ ਦੇ ਕੰਮ, ਡਾਕਟਰ ਬਲਬੀਰ ਵਰਗਾ ਕੈਂਡੀਡੇਟ ਔਰ ਪਟਿਆਲੇ ਦੇ MLA ਅਜੀਤਪਾਲ ਸਿੰਘ ਕੋਹਲੀ ਅਤੇ ਸਮੂਹ MLAਆਂ ਦੇ ਜ਼ੋਰ ਦੇ ਨਾਲ ਪਟਿਆਲੇ ਦੀ ਇੱਕ ਇਤਿਹਾਸਿਕ ਜਿੱਤ ਹੋਣ ਜਾ ਰਹੀ ਹੈ। ਇਹ ਤੁਹਾਨੂੰ ਅੱਜ ਦੇ ਇਕੱਠ ਤੋਂ ਸਾਬਤ ਹੋ ਜਾਂਦਾ, ਕਿਉਂਕਿ ਅੱਜ ਪਹਿਲੀ ਵਾਰ ਕੇਜਰੀਵਾਲ ਇੱਥੇ ਪਟਿਆਲੇ ਆ ਰਹੇ ਨੇ ਅਤੇ ਪਹਿਲੇ ਇਹ ਉਹ ਇਕੱਠ ਨਹੀਂ ਹੈ ਜਿਹੜਾ 500-700 ਰੁਪਇਆ ਦੇ ਕੇ ਲੋਕ ਲੈ ਜਾਂਦੇ ਨੇ, ਬਾਅਦ 'ਚੋਂ ਪੈਸੇ ਵੀ ਨਹੀਂ ਦਿੰਦੇ। ਇੱਥੇ ਤਾਂ ਆਮ ਮੁਹਾਰੇ ਲੋਕ ਆਏ ਨੇ। ਮੰਤਰੀ ਸਾਹਿਬ, ਪੂਰਾ ਸ਼ਹਿਰ ਆਮ ਆਦਮੀ ਪਾਰਟੀ ਦੇ ਝੰਡਿਆਂ ਨਾਲ, ਵਰਕਰਾਂ ਨਾਲ ਪੂਰਾ ਆ ਪਿਆ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੈਸ਼ਨਲ ਲੀਡਰ ਆਏ, ਰਾਹੁਲ ਗਾਂਧੀ ਆਏ, ਪ੍ਰਿਯੰਕਾ ਗਾਂਧੀ ਆਏ, ਕੇਜਰੀਵਾਲ ਅੱਜ ਆ ਰਹੇ ਹਾਂ। ਲੱਗਦਾ ਲੋਕ ਸਰਕਾਰ ਪੱਖੀ ਫੈਸਲਿਆਂ ਦੇ ਲੋਕ ਮੋਹਰ ਲਾਣਗੇ। ਦੇਖੋ, ਮੈਨੂੰ 1.5 ਮਹੀਨਾ ਹੋ ਗਿਆ ਲਗਾਤਾਰ ਪਿੰਡਾਂ ਦੇ ਵਿੱਚ ਫਿਰਦੇ ਨੂੰ, ਸਾਨੂੰ ਕਿਸੇ ਨੇ ਕੋਈ ਇੱਦਾਂ ਦਾ ਸਵਾਲ ਨਹੀਂ ਕੀਤਾ ਜਿਹੜਾ ਅਸੀਂ ਨਾ ਕੀਤਾ ਹੋਵੇ। ਸਾਡੀ ਕੋਸ਼ਿਸ਼ ਰਹੀ ਆ 2.25 ਸਾਲਾਂ ਦੇ ਵਿੱਚ ਲੋਕ ਹਿੱਤ ਦੇ ਕੰਮ ਕੀਤੇ ਨੇ, ਲੋਕ ਭਲਾਈ ਦੇ ਕੰਮ ਕੀਤੇ ਨੇ। ਬਿਜਲੀ ਤੋਂ ਲੋਕ ਬਹੁਤ ਖੁਸ਼ ਨੇ, ਕਿਸਾਨ ਨੇ ਉਹ ਬਿਜਲੀ ਤੋਂ ਬਹੁਤ ਖੁਸ਼ ਨੇ, 600 ਯੂਨਿਟ ਜੇਰੇ ਦੇ ਰਿਹਾ ਉਹ ਖੁਸ਼ ਨੇ। ਅਸੀਂ ਹੈਲਥ 'ਚ ਚੰਗਾ ਕੰਮ ਕੀਤਾ, ਅਸੀਂ ਐਜੂਕੇਸ਼ਨ 'ਚ ਚੰਗਾ ਕੰਮ ਕੀਤਾ। ਮੈਨੂੰ ਲੱਗਦਾ ਜਿਹੜੀ ਓਪੋਜੀਸ਼ਨ ਪਾਰਟੀ ਉਹਨਾਂ ਨੂੰ ਕਹਿਣ ਕੁਛ ਨਹੀਂ ਰਿਹਾ ਸਿਰਫ 2 ਸਾਲਾਂ ਦੇ ਵਿੱਚ, ਜਦੋਂ ਸਾਡੇ ਪੂਰੇ 5 ਸਾਲ ਹੋਣਗੇ। ਤੁਸੀਂ ਆਪ ਦੇਖੋ, ਓਪੋਜੀਸ਼ਨ ਪਾਰਟੀਆਂ ਨੇ ਜਿਹੜੀਆਂ ਇਹ ਟੱਕਰਾਂ ਮਾਰਦੇ ਫਿਰਨਗੇ ਕੰਧਾਂ ਨਾਲ, ਕਿਉਂਕਿ ਇਹਨਾਂ ਨੂੰ ਕਿਸੇ ਨੇ ਪੁੱਛਣਾ ਕੋਈ ਨਹੀਂ। ਤੁਸੀਂ ਆਉਣ ਵਾਲੇ ਸਮੇਂ 'ਚ ਹੋਰ ਦੇਖੋਗੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਇਹ 'ਚ ਇੱਕ ਤਰ੍ਹਾਂ ਦਾ ਇਕੱਠ ਨਹੀਂ ਹੈਗਾ ਵੀ ਇਹ 'ਚ ਕੋਈ ਯੰਗ ਹੀ ਹੋਣ ਜਾਂ ਬਜ਼ੁਰਗ ਹੀ ਹੋਣ। ਇਹ ਉਸੇ ਤਰ੍ਹਾਂ ਜਿੱਦਾਂ ਆਮ ਆਦਮੀ ਪਾਰਟੀ ਦੀ ਇੱਕ ਬੇਬ ਸੀਗੀ, ਜਿਹੜੇ ਲੋਕ ਕਹਿੰਦੇ ਬੇਬ ਨਹੀਂ ਹੈਗੀ, ਹੁਣ ਅੱਜ ਵੀ ਲੋਕ ਸਾਰੇ ਦੇਖੋ ਭਾਰੀ ਹੈ, ਨੌਜਵਾਨ ਵੀ ਇਹ 'ਚ, ਆਪਣੇ ਬਜ਼ੁਰਗ ਵੀ ਆ, ਹਰ ਇੱਕ ਜਿਹੜੇ ਪੱਧਰ ਦੇ ਜਿਹੜੇ ਲੋਕ 'ਚ ਸ਼ਾਮਲ ਹੋਏ ਆ। ਦੂਜੀ ਵਿਰੋਧੀ ਪਾਰਟੀਆਂ ਦੇ ਆਗੂ ਆ ਕੇ ਕਹਿੰਦੇ ਆ ਵੀ ਲੋਕ ਸਭਾ ਤੋਂ ਬਾਅਦ ਅਸੀਂ ਸਰਕਾਰ ਤੋੜ ਦਾਂਗੇ 92 MLA। ਉਹ ਅਮਿਤ ਸ਼ਾਹ ਜੀ ਜਿਹੜੇ ਤੜੀਪਾਰ ਨੇਤਾ ਹੈ ਨਾ, ਆਪ ਜਿਨ੍ਹਾਂ ਨੇ ਕਦੇ ਮਿਹਨਤ ਕਰਕੇ ਕੋਈ ਚੀਜ਼ ਨਹੀਂ ਪ੍ਰਾਪਤ ਕੀਤੀ, ਉਹਨਾਂ ਦੀ ਸੋਚ ਹੈ ਇੱਥੋਂ ਤੱਕ ਦੀ। ਜਦੋਂ 92 MLA ਲੋਕਾਂ ਦਾ ਫਤਵਾ, ਪੰਜਾਬ ਦੇ 3 ਕਰੋੜ ਜਨਤਾ ਨੇ ਜਿਹੜਾ ਫਤਵਾ ਦੇ ਕੇ ਇੱਕ ਮਾਨ ਸਾਹਿਬ ਦੀ ਸਰਕਾਰ ਬਣਾਈ ਆ, ਇੱਕ ਇਮਾਨਦਾਰ ਜਿਹੜਾ CM ਪੰਜਾਬ ਨੂੰ ਮਿਲਿਆ, ਤਾਂ ਉਹਨਾਂ ਦੀ ਕੀ ਜ਼ਰੂਰਤ ਹੋ ਕਿਵੇਂ ਤੋੜ ਦੇਣਗੇ? ਵੋਟ ਪਾਉਣ ਵਾਲੀ ਪੰਜਾਬ ਦੀ ਜਨਤਾ, ਪੰਜਾਬ ਦੇ 92 MLA ਨੇ CM ਸਾਹਿਬ ਨੂੰ ਚੁਣਿਆ, ਤਾਂ ਫਿਰ ਉਹ ਕੌਣ ਦੇ ਤੋੜਨ ਵਾਲੇ? ਕਿਸ ਤਰ੍ਹਾਂ ਦਾ ਦਬਕਾ ਇਹ? ਇਹ ਤਾਨਾਸ਼ਾਹ ਹੀ ਆ, ਕਿਉਂਕਿ ਤਾਨਾਸ਼ਾਹ ਜੀ ਸਭ ਤੋਂ ਇੱਕ ਪ੍ਰਤੱਖ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਆ, ਉਹ ਅੱਜ ਵੀ ਸਾਡੇ ਬਾਰਡਰਾਂ 'ਤੇ ਮਿਲਦਾ ਆ। ਉਹ ਬਾਰਡਰ ਦੇ ਕੌਣ ਸੀ? ਕੱਟੜ ਸਰਕਾਰ ਸੀ, BJP ਸਰਕਾਰ ਸੀ, BJP ਸਰਕਾਰ ਦਿੱਲੀ ਸੀ, ਜਿਨ੍ਹਾਂ ਨੇ ਇੱਕ ਗੋਲੀ ਦਾ ਹੁਕਮ ਤੱਕ ਦਿੱਤਾ ਸੀਗਾ ਜਿਹੜੇ ਕਿਸਾਨ ਦੇ ਮਜ਼ਦੂਰ ਉੱਥੇ ਨਾ ਜਾਣ, ਕਿ ਹੱਕ ਤਾਂ ਬਣਦਾ ਹੀ ਹੈ ਨਾ। ਜੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਉਹ ਤੜੀਪਾਰ ਬੰਦੇ ਦੀ ਗੱਲਾਂ ਜ਼ਿਆਦਾ ਕਰਕੇ ਆਪਾਂ ਨੂੰ ਕੋਈ ਫਾਇਦਾ ਨਹੀਂ ਗਾ ਉਹਨਾਂ ਦੀ, ਕਿਉਂਕਿ ਅਸੀਂ ਪੰਜਾਬ ਦੇ ਲੋਕ ਹਾਂ, ਅਸੀਂ CM ਭਗਵੰਤ ਦੇ ਜਿਹੜੇ ਸੋਚ 'ਤੇ ਪਹਿਰਾ ਦੇਣ ਵਾਲੇ ਹਾਂ, ਰੰਗਲਾ ਪੰਜਾਬ ਉਹਨਾਂ ਦੀ ਸੋਚ ਹੈ ਅਤੇ ਅਸੀਂ ਉਹ 'ਤੇ ਪੂਰੀ ਤਰ੍ਹਾਂ ਪਹਿਰਾ ਦੇਵਾਂਗੇ।